ਭਾਰਤ ਵਿੱਚ ਇੱਕ ਵਾਰ ਫਿਰ ਜਿੱਤ ਕੇ ਆਈ ਮੋਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਈ ਬਾਈਕਸ ਅਤੇ ਈ ਫੋਰ ਵੀਲਰ ਉੱਤੇ ਟੈਕਸ ਜੋ ਕਿ ਪਹਿਲਾਂ 12% ਸੀ ਉਸ ਨੂੰ ਘੱਟ ਕਰਕੇ 5% ਕਰ ਦਿੱਤਾ ਹੈ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹੁਣ ਲੋਕਾਂ ਦਾ ਕਹਿਣਾ ਹੈ ਕਿ ਇਸ ਈ ਬਾਈਕਸ ਦੇ ਨਾਲ ਪੋਲਿਊਸ਼ਨ ਦੇ ਵਿੱਚ ਕਾਫ਼ੀ ਕਮੀ ਹੋਵੇਗੀ। ਲੋਕ ਇਸ ਕਦਮ ਦੀ ਇਸ ਲਈ ਵੀ ਸ਼ਲਾਘਾ ਕਰ ਰਹੇ ਹਨ ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਸਮੇਂ ਅਸਮਾਨ ਛੂ ਰਹੀਆਂ ਹਨ। ਜਿੱਥੇ ਲੋਕਾਂ ਨੂੰ ਈ ਬਾਈਕਸ ਅਤੇ ਈ ਮੋਟਰ ਗੱਡੀਆਂ ਚਲਾਉਣ ਦੇ ਨਾਲ ਪੈਟਰੋਲ ਅਤੇ ਡੀਜ਼ਲ ਦੇ ਖਰਚਿਆਂ ਤੋਂ ਛੁਟਕਾਰਾ ਮਿਲੇਗਾ, ਉੱਥੇ ਹੀ ਪੰਜਾਬ ਅਤੇ ਦੇਸ਼ ਦਾ ਵਾਤਾਵਰਨ ਵੀ ਸਾਫ਼ ਹੋਵੇਗਾ। ਮੇਰਾ ਨਾਮ ਪ੍ਰਭਜੀਤ ਸਿੰਘ ਅਤੇ ਫਤਿਹ ਹੀਰੋ ਇਲੈਕਟ੍ਰਿਕ ਏਜੰਸੀ ਇੰਡੀਆ ਗੇਟ ਤੋਂ। ਸਰਕਾਰ ਨੇ ਜਿਹੜਾ ਟੈਕਸ ਘਟਾਇਆ, ਇੱਕ ਬਹੁਤ ਵਧੀਆ ਲੋਕਾਂ ਵਾਸਤੇ ਇੱਕ ਬਹੁਤ ਵਧੀਆ ਔਫਰ ਹੈਗੀ ਇੱਕ ਤਰ੍ਹਾਂ ਦੀ। ਇਹਦੇ ਨਾਲ ਲੋਕ ਇਸ ਗੱਡੀਆਂ 'ਤੇ ਬਹੁਤ ਜ਼ਿਆਦਾ ਧਿਆਨ ਦੇਣਗੇ, ਕਿਉਂਕਿ ਪਹਿਲਾਂ ਗੱਡੀਆਂ ਕਾਫ਼ੀ ਮਹਿੰਗੀਆਂ ਸੀ, ਹੁਣ ਟੈਕਸ ਘਟਣ ਦੇ ਨਾਲ ਕਾਫ਼ੀ ਜ਼ਿਆਦਾ ਸਸਤੀਆਂ ਹੋ ਗਈਆਂ ਹਨ। ਸਸਤੀਆਂ ਹੋਣ ਦੇ ਨਾਲ ਲੋਕਾਂ ਵਾਸਤੇ ਇਹਨੂੰ ਜਿਹੜਾ ਪਰਚੇਜ਼ ਕਰਨਾ ਕਾਫ਼ੀ ਸੌਖਾ ਹੋ ਗਿਆ। ਬਹੁਤ ਵਧੀਆ ਸਰਕਾਰ ਨੇ ਕੀਤਾ ਹੈ, ਉਹਦੇ ਨਾਲ ਗੱਡੀਆਂ ਸਸਤੀਆਂ ਹੋ ਗਈਆਂ ਅਤੇ ਲੋਕਾਂ ਨੂੰ ਖਰੀਦਣ ਸੌਖਾ ਹੋਏਗਾ। ਇਲੈਕਟ੍ਰੋਨਿਕ ਜਿਹੜੇ ਹੈਗੇ ਆ ਸਾਧਨ ਅੱਗੇ ਆਉਣੇ ਚਾਹੀਦੇ ਆ, ਇਹਨਾਂ ਦਾ ਹੀ ਸਮਾਂ ਆਉਣਾ ਵਾ ਅੱਗੇ ਵਾਲਾ ਵੀ, ਕਿਉਂਕਿ ਪੋਲਿਊਸ਼ਨ ਘਟੇਗਾ, ਠੀਕ ਹੈ ਜੀ। ਇਹਦੇ ਨਾਲ ਤੇਲ ਬਚਦਾ, ਪੈਟਰੋਲ ਨਹੀਂ ਲੱਗਦਾ ਅਤੇ ਪੇਪਰਲੈਸ ਆ। ਬਾਕੀ ਹੋਰ ਵੀ ਬਹੁਤ ਫੀਚਰ ਹੈਗੇ ਨੇ ਇਹਨਾਂ ਦੇ ਵਧੀਆ ਵਧੀਆ, ਆਉਣ ਵਾਲਾ ਸਮਾਂ ਤਾਂ ਇਲੈਕਟ੍ਰੋਨਿਕ ਹੀ ਹੈ। ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।